ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਗੁਰਪ੍ਰੀਤ ਸਿੰਘ ਤੁਹਾਡੇ ਲਈ ਅਪਡੇਟ ਕੈਨੇਡਾ ਦੀ ਸੈਗਮੈਂਟ ਵਿੱਚ ਇੱਕ ਹੋਰ ਮੁਲਾਕਾਤ ਲੈ ਕੇ ਹਾਜ਼ਰ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੁਖ ਧਾਲੀਵਾਲ ਹੋਣਾ ਦੀ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ, ਜਿਹੜੇ ਕਿ ਇੱਥੋਂ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ, ਬਹੁਤ ਹੀ ਹਰਮਨ ਪਿਆਰੇ ਇੱਕ ਸੰਸਦ ਨੇ ਸਰੀ ਨਿਊਟਨ ਹਲਕੇ ਤੋਂ, ਔਰ ਫੈਡਰਲ ਚੋਣਾਂ ਆ ਰਹੀਆਂ ਨੇ। ਸੋ ਖਾਸ ਸੁਨੇਹਾ ਲੈ ਕੇ ਸਾਡੇ ਨਾਲ ਗੱਲਬਾਤ ਕਰਨਗੇ ਕਿ ਕਿਉਂ ਫੈਡਰਲ ਲਿਬਰਲ ਪਾਰਟੀ ਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ, ਕਿਹੜੀਆਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਰਹੀਆਂ, ਇਸ ਦੇ ਬਾਰੇ ਧਾਲੀਵਾਲ ਸਾਹਿਬ ਨਾਲ ਖਾਸ ਗੱਲਬਾਤ। ਸੁਖ ਧਾਲੀਵਾਲ ਜੀ, ਸਾਡੇ ਪ੍ਰੋਗਰਾਮ ਤੁਹਾਨੂੰ ਬਹੁਤ ਨਿੱਘੀ ਜੀ ਆਇਆ। ਗੁਰਪ੍ਰੀਤ ਜੀ, ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਦੋਂ ਦੇ ਟਰੂਡੋ ਸਾਹਿਬ ਆਏ ਨੇ ਸੱਤਾ ਵਿੱਚ, 4 ਸਾਲ ਪੂਰੇ ਹੋ ਗਏ, 4 ਸਾਲ ਵਿੱਚ ਤੁਹਾਡੀ ਰਾਏ ਮੁਤਾਬਕ ਕਿਹੜੀਆਂ ਅਹਿਮ ਪ੍ਰਾਪਤੀਆਂ ਸਰਕਾਰ ਦੀਆਂ ਰਹੀਆਂ ਨੇ, ਸਰਕਾਰ ਨੇ ਇਹਨਾਂ ਜਿਹੜੇ 4 ਸਾਲਾਂ ਵਿੱਚ ਜਿਹੜੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ, ਔਰ ਸਾਡੇ ਸੁਣਨ ਵਾਲਿਆਂ ਨੂੰ ਕੀ ਦੱਸਣਾ ਚਾਹੋਗੇ ਇਹਦੇ ਬਾਰੇ? ਦੇਖੋ, ਸਾਨੂੰ ਪਹਿਲਾਂ ਤਾਂ ਜਦੋਂ ਆਪਾਂ ਦੇਖ ਰਹੇ ਹੈਗੇ ਹਾਂ, ਆਪਾਂ 4 ਸਾਲ ਤੋਂ ਪਹਿਲਾਂ ਦੀ ਗੱਲ ਕਰੀਏ, ਪ੍ਰਾਈਮ ਮਿਨਿਸਟਰ ਹਾਰਪਰ ਉਹਨਾਂ ਨੇ ਅਤੇ ਉਹਨਾਂ ਦੀ ਸਰਕਾਰ ਨੇ ਜਿਹੜੇ ਉਹਨਾਂ ਨੇ ਹਮੇਸ਼ਾ ਜਿਹੜੇ ਸੀ ਉਹ ਕੱਟ ਲਾਏ, ਚਾਹੇ ਉਹ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ, ਚਾਹੇ ਉਹ ਹੈਲਥ ਕੇਅਰ ਦੀ ਗੱਲ ਕਰ ਲਈਏ, ਚਾਹੇ ਉਹ ਇਮੀਗ੍ਰੇਸ਼ਨ ਦੀ ਗੱਲ ਕਰ ਲਈਏ, ਉਹਨਾਂ ਨੇ ਜੇ ਕੋਈ ਗੱਲ ਕੀਤੀ ਸੀਗੀ ਤਾਂ ਉਹ ਇਹ ਸੀਗੀ ਕਿ ਇੱਕ ਜਿਹੜੇ ਆਮ ਸਧਾਰਨ ਫੈਮਿਲੀਜ਼ ਨੇ ਉਹਨਾਂ ਦੇ ਉੱਤੇ ਬੋਝ ਪਾਇਆ, ਔਰ ਅਮੀਰ ਬੰਦੇ ਸੀ ਜਿਹੜੇ ਉਹਨਾਂ ਨੂੰ ਟੈਕਸ ਕੱਟ ਜਿਹੜੇ ਸੀ ਉਹ ਦਿੱਤੇ। ਜਦੋਂ ਅਸੀਂ ਲਿਬਰਲ ਪਾਰਟੀ ਨੇ ਸੱਤਾ ਸੰਭਾਲੀ ਆ, ਸਾਰਿਆਂ ਨਾਲੋਂ ਪਹਿਲਾਂ ਆਉਂਦਿਆਂ ਜਿਹੜਾ ਸੀਗਾ ਪਹਿਲਾ ਸਟੈਪ, ਕਿਉਂਕਿ ਪ੍ਰੋਮਿਸ ਕੀਤਾ ਸੀਗਾ ਕਿ ਮਿਡਲ ਕਲਾਸ ਫੈਮਿਲੀ ਜਿਹੜੀਆਂ ਆ ਉਹਨਾਂ ਦੇ ਟੈਕਸ ਜਿਹੜੇ ਨੇ ਉਹ ਕੱਟ ਕੀਤੇ ਜਾਣਗੇ। ਆਉਂਦਿਆਂ ਹੀ ਜਿਹੜੇ ਸੀਗੇ ਉਹਨਾਂ ਦੇ ਵਿੱਚ ਕਟੌਤੀ ਕੀਤੀ, ਸਮਾਲ ਬਿਜ਼ਨਸ ਜਿਹੜੇ ਸੀ ਉਹਨਾਂ ਦੇ ਟੈਕਸ ਜਿਹੜੇ ਨੇ ਉਹ 9% 'ਤੇ ਲਿਆਉਣ ਲਈ ਜਿਹੜਾ ਸੀ ਉਹ ਕੀਤਾ, ਔਰ ਇਨਫਰਾਸਟ੍ਰਕਚਰ ਖਾਸ ਕਰਕੇ ਜਿਹੜਾ ਸੀਗਾ ਜਿਹੜਾ ਸੀ ਉਹ ਇਗਨੋਰ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ ਪਿਛਲੀ ਸਰਕਾਰਾਂ ਵੱਲੋਂ, ਹਾਰਪਰ ਸਰਕਾਰ ਵੱਲੋਂ ਜਿਹੜੇ $625 ਬਿਲੀਅਨ ਜਿਹੜੇ ਸੀ ਇਨਫਰਾਸਟ੍ਰਕਚਰ ਫੰਡ ਦੇ ਵਿੱਚ ਪਾਏ, ਜਿਹਦੇ ਵਿੱਚ ਚਾਹੇ ਉਹ ਗ੍ਰੀਨ ਇਨਫਰਾਸਟ੍ਰਕਚਰ ਦੀ ਗੱਲ ਕਰ ਲਈਏ, ਔਰ ਉਹਦਾ ਖਾਸ ਕਰਕੇ ਜਦੋਂ ਮੈਂ ਹੁਣ ਸਰੀ ਦੀ ਗੱਲ ਕਰਦਾ ਹੈਗਾ, ਸਰੀ ਨਿਊਟਨ ਦੀ ਵੀ ਗੱਲ ਕਰਦਾ ਹੈਗਾ, ਜਦੋਂ ਉਹੋ ਜਿਹੇ ਅਸੀਂ ਪ੍ਰੋਗਰਾਮ ਦੇਖਦੇ ਉਹਦੇ ਸਿੱਧੇ ਫਾਇਦੇ, ਜਿਵੇਂ ਹੁਣ ਕੁਆਂਟਨ ਪੋਲੀਟੈਕਨਿਕ ਯੂਨੀਵਰਸਿਟੀ ਹੈਗੀ ਸਾਡੇ, ਉਹਦੇ ਵਿੱਚ ਔਰ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਨੂੰ ਰੈਕ੍ਰੀਏਸ਼ਨ ਪਾਰਕ ਨਿਊਟਨ ਦੇ ਵਿੱਚ ਆ, ਆਰਟ ਗੈਲਰੀ ਆ, ਔਰ ਜਿਹੜਾ ਟ੍ਰਾਂਜਿਟ ਸਿਸਟਮ ਹੈਗਾ ਲੋਕਲ ਟ੍ਰਾਂਜਿਟ ਸਿਸਟਮ, ਉਹਨੂੰ ਜਿਹੜੇ ਸੀਗੇ ਉਹ $1.2 ਬਿਲੀਅਨ ਉਹਦੇ ਵਿੱਚ ਪਾਏ। ਸੋ ਜਦੋਂ ਐਂਡ ਹਾਊਸਿੰਗ ਦੇ ਵਿੱਚ ਜਿਹੜੀ ਸੀ ਅਫੋਰਡੇਬਲ ਹਾਊਸਿੰਗ ਦੀ ਗੱਲ ਕਰਦੇ ਹਾਂ, ਉੱਥੇ ਉਹਦੇ ਵਿੱਚ ਪੈਸੇ ਪਾਏ। ਸੋ ਇਹ ਜਿਹੜੀਆਂ ਸੀਗੀਆਂ ਉਹ ਵੀ ਜਿਹੜੀਆਂ ਸੀਗੀਆਂ ਉਹ ਬਿਲਕੁਲ ਇਹਨਾਂ ਨੇ ਜਿਹੜਾ ਸੀ ਉਹ ਬੰਦ ਕੀਤੀ, ਇਮੀਗ੍ਰੇਸ਼ਨ ਪਰਟੀਕੁਲਰ ਜਿਹੜੀਆਂ ਕੈਟੇਗਰੀ ਸੀਗੀਆਂ ਸੋਰੀ ਦੁਬਾਰਾ ਸ਼ੁਰੂ ਕਰਾਂ, ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹੈਗੇ ਹਾਂ, ਮੈਂ ਉਹ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜੀ ਸੀਗੀ ਹਾਰਪਰ ਸਰਕਾਰ ਨੇ ਇਨਫਰਾਸਟ੍ਰਕਚਰ ਦੇ ਵਿੱਚ ਕਟੌਤੀ ਕੀਤੀ, ਔਰ ਜਦੋਂ ਲਿਬਰਲ ਸਰਕਾਰ ਆਈ ਅਸੀਂ ਵੱਡੀ ਅਮਾਊਂਟ ਜਿਹੜੀ ਸੀਗੀ ਉਹ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੀ ਸੀਗੀ ਉਹ ਇਨਵੈਸਟਮੈਂਟ ਕੀਤੀ, ਔਰ ਪਰਟੀਕੁਲਰਲੀ ਜਦੋਂ ਸਰੀ ਦੀ ਗੱਲ ਕਰਦੇ ਹੈਗੇ ਹਾਂ, ਜਿਹਨੂੰ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਦੇ ਵਿੱਚ $1 ਮਿਲੀਅਨ ਜਿਹੜੇ $40 ਮਿਲੀਅਨ ਦੇ ਕਰੀਬ ਇਨਵੈਸਟਮੈਂਟ, ਕੁਆਂਟਨ ਪੋਲੀਟੈਕਨਿਕ ਯੂਨੀਵਰਸਿਟੀ ਜਿਹੜੀ ਹੈਗੀ ਉਹਦੇ ਵਿੱਚ $7-8 ਮਿਲੀਅਨ ਉਹਦੇ ਵਿੱਚ ਪਾਏ, ਉਸ ਤੋਂ ਬਾਅਦ $1.2 ਬਿਲੀਅਨ ਜਿਹੜਾ ਸੀ ਉਹ ਜਿਹੜਾ ਮੇਅਰ ਐਂਡ ਕਾਉਂਸਲ ਤੇ ਡਿਪੈਂਡ ਕਰਦਾ, ਚਾਹੇ ਉਹਨਾਂ ਨੇ LRT ਬਿਲਡ ਕਰਨੀ ਸੀ ਪਰ ਹੁਣ ਸਕਾਈ ਟ੍ਰੇਨ ਜਿਹੜੀ ਆ ਉਹ ਲੋਕਾਂ ਨੇ ਫੈਸਲਾ ਲਿਆ, ਉਹਦੇ ਵਿੱਚ ਇਨਵੈਸਟਮੈਂਟ ਹੈਗੀ ਆ, ਆਰਟ ਗੈਲਰੀ ਹੈਗੀ, ਨਿਊਟਨ ਰੈਕ੍ਰੀਏਸ਼ਨ ਪਾਰਕ, ਔਰ ਹਾਈਵੇ ਜਿਹੜਾ ਹੈਗਾ 1 ਉਹਦੀ ਵਾਈਡਨਿੰਗ। ਸੋ ਜਦੋਂ ਇਹੋ ਜਿਹੀਆਂ ਅਸੀਂ ਦੇਖਦੇ ਇਨਫਰਾਸਟ੍ਰਕਚਰ ਦੇ ਵਿੱਚ ਫੰਡਿੰਗ ਦਿੱਤੀ, ਉਹਦੇ ਨਾਲ ਜਿਹੜੀ ਆ ਉਹ ਵੱਡੀ ਸਹਾਇਤਾ ਜਿਹੜੀ ਹੈ ਇਕਨੋਮੀ ਨੂੰ ਮੂਵ ਕਰਨ ਦੇ ਵਿੱਚ ਵੀ ਹੁੰਦੀ ਹੈਗੀ ਆ। ਔਰ ਦੂਸਰਾ ਹੈ ਜਦੋਂ ਆਪਾਂ ਇਮੀਗ੍ਰੇਸ਼ਨ ਨੀਤੀਆਂ ਦੀ ਗੱਲ ਕਰਦੇ ਹੈਗੇ ਹਾਂ, ਹਾਰਪਰ ਉਹਨਾਂ ਦੀਆਂ ਨੀਤੀ ਜਿਹੜੀਆਂ ਸੀਗੀਆਂ ਉਹ ਇਮੀਗ੍ਰੇਸ਼ਨ ਦੀਆਂ ਲੋਕ ਮਾਰੂ ਨੀਤੀਆਂ ਸੀਗੀਆਂ, ਔਰ ਉਹਨਾਂ ਦੇ ਵਿੱਚ ਉਹਨਾਂ ਨੇ ਖਾਸ ਕਰਕੇ ਜਿਹੜਾ ਸੀਗਾ ਉਹ ਫੈਮਿਲੀ ਇਮੀਗ੍ਰੇਸ਼ਨ ਜਿਹਦੇ ਵਿੱਚ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਨੂੰ ਮੰਗਾਉਣ ਦੀ ਗੱਲ ਕਰਦੇ ਹੈਗੇ ਹਾਂ, ਉਹ ਉਹਨਾਂ ਨੇ ਆਲਮੋਸਟ ਬੰਦ ਹੀ ਕਰ ਦਿੱਤੀ ਸੀ। ਤਕਰੀਬਨ 8,000 ਐਪਲੀਕੇਸ਼ਨ ਉਹਨਾਂ ਨੇ ਜਿਹੜੀ ਸੀ ਉਹ ਆਪਦੇ 4 ਸਾਲਾਂ ਦੌਰਾਨ ਜਿਹੜੀ ਸੀਗੀ ਉਹ ਪ੍ਰੋਸੈਸ ਲਈ ਕੀਤੀ, ਜਦੋਂ ਕਿ ਅਸੀਂ ਜਿਹੜੀ ਹੈਗੀ ਆ 63,000 ਐਪਲੀਕੇਸ਼ਨ 4 ਸਾਲਾਂ 'ਚ ਲੈ ਕੇ ਉਹਦੀ ਜਿਹੜੀ ਹੈ, ਔਰ ਜਿਹੜਾ ਵੇਟ ਟਾਈਮ ਸੀ ਉਹਨਾਂ ਦੇ ਤਕਰੀਬਨ ਅੱਗੇ 4-5 ਸਾਲ ਜਿਹੜੇ ਸੀਗੇ 7 ਸਾਲ ਵੇਟ ਕਰਨੀ ਪੈਂਦੀ ਸੀਗੀ ਫੈਮਿਲੀ ਇਮੀਗ੍ਰੇਸ਼ਨ ਨੂੰ, ਉਹ ਘਟਾ ਕੇ ਜਿਹੜੀ ਸੀਗੀ ਉਹ 2 ਸਾਲ 'ਤੇ ਲਿਆਂਦੀ, ਔਰ ਜਿਹੜੇ ਸਪਾਊਸਲ ਕੇਸ ਸੀਗਾ ਅੱਗੇ 4 ਸਾਲ ਲੱਗਦੇ ਸੀ ਉਹ ਘਟਾ ਕੇ ਜਿਹੜਾ ਸੀ 1 ਸਾਲ 'ਤੇ ਲਿਆਂਦੀ। ਸੋ ਵਧੀਆ ਇਮੀਗ੍ਰੇਸ਼ਨ ਨੀਤੀਆਂ ਜਿਹੜੀਆਂ ਨੇ ਉਹ ਲੈ ਕੇ ਆਉਂਦੀਆਂ, ਇਨਫਰਾਸਟ੍ਰਕਚਰ ਫੰਡਿੰਗ ਹੋ ਗਈ। ਹੁਣ ਜਦੋਂ ਗੱਲ ਕਰਦੇ ਹੈਗੇ ਹਾਂ
ਅੱਗੇ ਫਾਰਮਾ ਕੇਅਰ ਦੀ ਇਹਨਾਂ ਨੇ ਜਿਹੜਾ ਸੀਗਾ, ਕਿਉਂਕਿ ਇਹ ਕਹਿੰਦੇ ਸੀ ਵੀ ਅਸੀਂ ਹੈਲਥ ਕੇਅਰ ਦੇ ਵਿੱਚ ਕੋਈ ਵੀ ਜਿਹੜੀ ਫੰਡਿੰਗ ਆ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਹੀਂ ਵਧਾਉਣੀ ਹੈਗੀ ਆਪਣੇ ਸ਼ੇਅਰ ਹੋਣੀ, ਹੁਣ ਵੀ ਕਹਿ ਰਹੇ ਨੇ। ਪਰ ਅਸੀਂ ਆ ਕੇ ਜਿਹੜੀ ਸੀਗੀ ਹੈਲਥ ਕੇਅਰ ਦੇ ਵਿੱਚ ਫੰਡਿੰਗ ਦੀ ਗੱਲ ਕਰਦੇ ਹੈਗੇ ਆ ਉਹ ਜਿਹੜੀ ਆ ਵਧਾਈ, ਔਰ ਹੁਣ ਜਿਹੜਾ ਹੈਗਾ ਉਹ ਨੈਸ਼ਨਲ ਫਾਰਮਾ ਕੇਅਰ ਸਿਸਟਮ ਜਿਹੜਾ ਉਹਨੂੰ ਅਸੀਂ ਲੈ ਕੇ ਆ ਰਹੇ ਹੈਗੇ ਆ। ਰਾਈਟ ਤਲਵਾ ਸਾਹਿਬ, ਹੁਣ ਅਸੀਂ ਗੱਲ ਕਰੀਏ ਕਿ ਜਿਹੜਾ ਐਤਕੀ ਜਦੋਂ ਫੈਡਰਲ ਇਲੈਕਸ਼ਨਾਂ ਆ ਰਹੀਆਂ ਨੇ ਅਕਤੂਬਰ ਦੇ ਵਿੱਚ, ਅਤੇ ਜਿਹੜੀ ਜਨਤਾ ਹੈ ਕੈਨੇਡਾ ਦੀ, ਉਹ ਇਸ ਪਾਰਟੀ ਨੂੰ ਇੱਕ ਮੌਕਾ ਹੋਰ ਕਿਉਂ ਦੇਵੇ? ਇਹ ਸਵਾਲ ਦਾ ਕੀ ਜਵਾਬ ਦੇਣਾ ਚਾਹੋਗੇ ਤੁਸੀਂ? ਦੇਖੋ ਜਿਹੜੀਆਂ ਪ੍ਰੋਗਰੈਸਿਵ ਵੈਲਿਊਜ਼ ਹੈਗੀਆਂ ਨੇ ਉਹ ਇਸ ਵੇਲੇ ਇੱਕੋ ਇੱਕ ਪਾਰਟੀ ਹੈਗੀ ਆ, ਔਰ ਇੱਕੋ ਇੱਕ ਲੀਡਰ ਆ ਜਿਹੜਾ ਜਸਟ ਟੂਡੋ ਅਤੇ ਲਿਬਰਲ ਪਾਰਟੀ ਆਫ ਕੈਨੇਡਾ ਹੈਗੀ ਆ, ਉਹ ਜਿਹੜੇ ਨੇ ਪ੍ਰੋਗਰੈਸਿਵ ਵੈਲਿਊਜ਼ ਜਿਹੜੀਆਂ ਨੇ ਉਹਨੂੰ ਲੈ ਕੇ ਚੱਲਦੇ ਹੈਗੇ ਨੇ। ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਜੇ ਅਸੀਂ ਦੇਖੀਏ, ਇੱਕ ਪਾਸੇ ਟਰੰਪ ਵਰਗੀਆਂ ਨੀਤੀ ਜਿਹੜੀਆਂ ਹੈਗੀਆਂ ਨੇ ਉਹ ਡਾਇਵਰਸਿਟੀ ਦੀ ਗੱਲ ਕਰਦੇ ਹੈਗੇ, ਕੈਨੇਡਾ ਜਿਹੜਾ ਇੱਕ ਬੜਾ ਡਾਇਵਰਸ ਦੇਸ਼ ਹੈਗਾ, ਉਹਦੇ ਵਿੱਚ ਸਾਨੂੰ ਡਾਇਵਰਸਿਟੀ ਨੂੰ ਜਿਹੜੀ ਆ ਉਹ ਪਹਿਲੀਅਤ ਦੇਣੀ ਪੈਣੀ, ਔਰ ਉਹ ਜਿਹਾ ਲੀਡਰ ਚਾਹੀਦਾ ਜਿਹੜਾ ਕਮਿਊਨਿਟੀ ਗੇਸ ਕਮਿਊਨਿਟੀ ਨਾਲ ਪੜ੍ਹਾਵੇ, ਔਰ ਇੱਕ ਸੂਬੇ ਨੂੰ ਦੂਜੇ ਸੂਬੇ ਨਾਲ ਪੜ੍ਹਾਵੇ, ਇੱਕ ਮਿਊਨਸਪੈਲਿਟੀ ਨੂੰ ਦੂਜੇ ਮਿਊਨਸਪੈਲਿਟੀ ਨਾਲ ਪੜ੍ਹਾਵੇ। ਸੋ ਜਿਹੜਾ ਇਕੱਠੇ ਕਰੇ, ਕੈਨੇਡੀਅਨਸ ਨੂੰ ਕਿਸੇ ਤਰੀਕੇ ਦੇ ਨਾਲ ਇਕੱਠੇ ਲੈ ਕੇ ਆਵੇ। ਤਾਂ ਜਦੋਂ ਉਹ ਗੱਲ ਕਰਦੇ ਹੈਗੇ ਆ ਤਾਂ ਉਹ ਹੈਗੇ ਨੇ ਇਸ ਵੇਲੇ ਪ੍ਰਧਾਨ ਮੰਤਰੀ ਜਸਟਿਨ ਟੂਡੋ, ਜਿਹੜੇ ਹਮੇਸ਼ਾ ਉਹਨਾਂ ਦੀ ਰਹੀ ਆ ਕਿ ਸੂਬਿਆਂ ਨੂੰ ਇਕੱਠਾ ਕੀਤਾ ਜਾਵੇ, ਕਮਿਊਨਿਟੀਜ਼ ਟੁਗੈਦਰ ਲਿਆਂਦੀਆਂ ਜਾਣ ਜਿਹੜੀਆਂ ਨੇ। ਸੋ ਇਹ ਜਿਹੜੀ ਉਹਨਾਂ ਦੀ ਇੱਕ ਨੀਤੀ ਹੈਗੀ। ਦੂਸਰਾ ਹੈਗਾ ਕਿ ਹੁਣ ਦੇਖੋ ਚਾਈਲਡ ਕੇਅਰ ਅਫੋਰਡੇਬਿਲਟੀ ਇਸ ਵੇਲੇ ਬੜੀ ਜ਼ਰੂਰੀ ਹੈਗੀ ਆ। ਜਦੋਂ ਅਸੀਂ ਫੈਮਿਲੀਜ਼ ਦੀ ਗੱਲ ਕਰਦੇ ਹੈਗੇ ਹਾਂ ਤਾਂ ਚਾਈਲਡ ਕੇਅਰ ਬੈਨੀਫਿਟਸ ਜਿਹੜੇ ਨੇ ਉਹ ਜਿਹੜੇ ਲੈ ਕੇ ਆਉਂਦੇ, ਜਿਹੜੀਆਂ ਫੈਮਿਲੀਜ਼ ਨੂੰ ਲੋੜ ਹੈਗੀ ਆ ਇਨਕਮ ਦੇ ਹਿਸਾਬ ਦੇ ਨਾਲ, ਉਹਨਾਂ ਨੂੰ ਉਸ ਤਰੀਕੇ ਨਾਲ ਦਿੱਤਾ ਗਿਆ। ਮੈਂ ਸਰੀ ਨਿਊਟਨ ਦੀ ਇਕੱਲੇ ਦੀ ਗੱਲ ਕਰਾਂ ਤਾਂ $8 million ਜਿਹੜੇ ਨੇ ਐਵਰੀ ਮੰਥ ਜਿਹੜੇ ਨੇ ਉਹ ਸਰੀ ਨਿਊਟਨ ਦੇ ਵਿੱਚ ਆ ਰਹੇ, ਤਕਰੀਬਨ 4,000 ਫੈਮਿਲੀਜ਼। ਜਦੋਂ ਆਪਾਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਤਕਰੀਬਨ 1 million ਜੋਬਸ ਕੈਨੇਡੀਅਨਸ ਨੇ ਕ੍ਰੀਏਟ ਕੀਤੀਆਂ, ਜਿਹੜਾ ਲਿਬਰਲ ਨੇ ਇਨਵਾਇਰਮੈਂਟ ਜਿਹੜਾ ਸੀ ਉਹ ਕ੍ਰੀਏਟ ਕੀਤਾ, ਔਰ 300,000 ਚਿਲਡਰਨ ਜਿਹੜੇ ਸੀਗੇ ਉਹ ਪਾਵਰਟੀ ਚੋਂ ਕੱਢੇ, ਔਰ ਹਜੇ ਹੋਰ ਲੋੜ ਹੈਗੀ ਆ ਅੱਗੇ ਵਧਦਿਆਂ। ਕਿ ਅੱਜ ਚਾਹੇ ਉਹ ਇਨਫਰਾਸਟ੍ਰਕਚਰ ਦੀ ਫੰਡਿੰਗ ਦੀ ਗੱਲ ਕਰ ਲਈਏ, ਇੱਕ ਵਧੀਆ ਇਮੀਗ੍ਰੇਸ਼ਨ ਨੀਤੀਆਂ ਦੀ ਗੱਲ ਕਰ ਲਈਏ, ਜਿਹੜਾ ਵਾ ਫਾਰਮਾ ਕੇਅਰ ਜਿਹੜਾ ਹੈਗਾ ਵਾ ਉਹਦੀ ਗੱਲ ਕਰ ਲਈਏ, ਔਰ ਇਨਵਾਇਰਮੈਂਟ ਦੀ ਗੱਲ ਕਰ ਲਈਏ। ਸੋ ਜਦੋਂ ਇਹੋ ਜਿਹੀਆਂ ਨੀਤੀਆਂ ਦੇਖਦੇ ਹੈਗੇ ਹਾਂ ਤਾਂ ਲਿਬਰਲ ਪਾਰਟੀ ਦਾ ਜਿਹੜਾ ਇੱਕ ਪਲੈਟਫਾਰਮ ਆ ਉਹ ਇੱਕ ਐਸਾ ਪਲੈਟਫਾਰਮ ਆ ਜਿਹਦੇ ਉੱਤੇ ਸਾਰੀਆਂ ਪਾਲਿਸੀ, ਇੱਕ ਪਾਸੇ ਇਕਾਨਮੀ ਨੂੰ ਸਟਰੋਂਗ ਬਣਾਉਣ ਦੀ ਗੱਲ ਕਰਦੇ ਹਾਂ, ਦੂਸਰੇ ਪਾਸੇ ਜਿਹੜੀਆਂ ਨੇ ਸਾਡੀਆਂ ਸੋਸ਼ਲ ਜਸਟਿਸ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣ ਲਈ ਜਿਹੜਾ ਬੈਲੈਂਸ ਰੱਖ ਕੇ ਜਿਹੜੇ ਨੇ ਉਹ ਪਾਰਟੀ ਚੱਲਦੀ ਹੈਗੀ। ਤਾਂ ਮਤਲਬ ਅਖੀਰ 'ਚ ਮੈਂ ਤੁਹਾਡੇ ਕੋਲ ਇੱਕੋ ਗੱਲ ਜਾਣਨੀ ਚਾਹੁੰਦਾ ਕਿ ਜਿਹੜੀਆਂ ਇਸ ਇਲੈਕਸ਼ਨ ਵੇਲੇ ਬਹੁਤ ਸਾਰੇ ਇਸ ਤਰ੍ਹਾਂ ਸਾਨੂੰ ਰਿਪੋਰਟਾਂ ਮਿਲ ਰਹੀਆਂ ਕਿ ਵਿਦੇਸ਼ਾਂ ਵੱਲੋਂ ਮੁਦਾਖਲਤ ਦੀ ਵੀ ਸੰਭਾਵਨਾ ਹੈ ਭਾਰਤ ਵੱਲੋਂ, ਚੀਨ ਵੱਲੋਂ, ਇਸ ਤੋਂ ਇਲਾਵਾ ਇਹ ਵੀ ਹੈ ਕਿ ਰੇਸਿਜ਼ਮ ਜਿਵੇਂ ਵੱਧ ਰਿਹਾ ਔਰ ਇਮੀਗ੍ਰੈਂਟਾਂ ਦੇ ਖਿਲਾਫ ਨਫ਼ਰਤ ਪੈਦਾ ਕਰਨ ਦਾ ਇੱਕ ਦੌਰ ਇੱਥੇ ਵੀ ਚੱਲ ਪਿਆ, ਇਹਨੂੰ ਲੈ ਕੇ ਕੀ ਸਾਡੇ ਭਾਈਚਾਰੇ ਨੂੰ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਪੂਰੇ ਉੱਤਰੀ ਅਮਰੀਕਾ ਵਿੱਚ ਕਿ ਇਹ ਜਿਹੜਾ ਮਾਮਲਾ ਕਿੰਨਾ ਸੀਰੀਅਸ ਹੈ ਔਰ ਕੈਨੇਡਾ ਦੀ ਸਿਆਸਤ ਦੇ ਉੱਤੇ ਕਿਸ ਤਰ੍ਹਾਂ ਅਸਰ ਪਾ ਸਕਦਾ? ਦੇਖੋ ਰੇਸਿਜ਼ਮ ਜਿਹੜਾ ਹੈਗਾ ਉਹ ਇਸ ਵੇਲੇ ਆਪਦਾ ਘਰ ਕਰ ਰਿਹਾ। ਜਦੋਂ ਆਪਾਂ ਗੁਆਂਢੀ ਸਟੇਟ ਨੂੰ ਦੇਖਦੇ ਹਾਂ ਤੇ ਪ੍ਰੈਜੀਡੈਂਟ ਟਰੰਪ ਹੋਣੀ ਹੈਗੇ ਜਿਸ ਤਰ੍ਹਾਂ ਦੀਆਂ ਉਹ ਬਿਆਨ ਦਿੰਦੇ ਨੇ, ਨੀਤੀਆਂ ਘੜਦੇ ਨੇ, ਉਹਦੇ ਨਾਲ ਕੀ ਹੋਇਆ ਕਿ ਜਦੋਂ ਐਵਰੀ ਡੇ ਜਿਹੜਾ ਹੈਗਾ ਉਹ ਰੇਸਿਜ਼ਮ ਔਰ ਉੱਥੇ ਵੱਧ ਰਿਹਾ ਹੈਗਾ, ਔਰ ਦੂਸਰੇ ਪਾਸੇ ਜਦੋਂ ਕੰਪੇਅਰ ਕਰਦੇ ਹੈਗੇ ਅੱਜ ਸਾਨੂੰ ਚਾਹੀਦਾ ਕਿ ਉਹ ਪੋਲੀਟੀਕਲ ਲੀਡਰ ਜਿਹੜੇ ਨੇ ਉਹਨਾਂ ਨੂੰ ਚੁਣਿਆ ਜਾਵੇ ਜਿਹੜੇ ਇਸ ਚੀਜ਼ ਨੂੰ ਬੜਾਵਾ ਨਾ ਦੇਣ ਰੇਸਿਜ਼ਮ ਨੂੰ, ਜਾਂ ਅੱਜ ਜਿੱਥੇ ਵਾਈਟ ਸੁਪਰਾਮਿਸਟ ਵਰਗੀਆਂ ਪਾਵਰਸ ਨੇ ਉਹਨਾਂ ਦੀਆਂ ਰੈਲੀ ਤੇ ਜਾ ਕੇ ਨਾ ਬੋਲਣ। ਅੱਜ ਤੁਸੀਂ ਜਦੋਂ ਦੇਖਦੇ ਹੈਗੇ ਮੈਕਸਿਮ ਬਰਨੀਏ ਵਰਗੇ ਲੀਡਰਾਂ ਦੇ ਬਿਆਨ, ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪਹਿਲਾਂ ਰਹੇ ਨੇ, ਹੁਣ ਉਹਨਾਂ ਨੇ ਆਪਦੀ ਪੀਪੀਸੀ ਪਾਰਟੀ ਬਣਾਈ ਆ, ਜਾਂ ਈਵਨ ਐਂਡੂ ਸ਼ੀਅਰ ਜਿਹੜੇ ਨੇ ਉਹਨਾਂ ਦਾ ਜਿਹੜਾ ਉੱਥੇ ਜਾ ਕੇ ਪ੍ਰੈਜੈਂਸ ਦਿਖਾਉਣੀ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨੂੰ ਅਵੋਇਡ ਕਰਨ ਲਈ, ਤਾਂ ਕਿ ਅਸੀਂ ਕਮਿਊਨਿਟੀਜ਼ ਇਕੱਠੀਆਂ ਰੱਖੀਏ, ਕੈਨੇਡਾ ਇੱਕ ਵਧੀਆ ਦੇਸ਼ ਜਿਹੜਾ ਉਹਨੂੰ ਅੱਗੇ ਲੈ ਕੇ ਜਾਈਏ, ਤਾਂ ਪ੍ਰੋਗਰੈਸਿਵ ਨੇਤਾ ਜਿਹੜਾ ਹੈਗਾ ਉਹ ਸਾਨੂੰ ਚੁਣਨਾ ਪੈਣਾ। ਬਿਲਕੁਲ ਤਲਵਾ ਸਾਹਿਬ, ਬਹੁਤ ਸ਼ੁਕਰੀਆ, ਅਸੀਂ ਵਕਤ ਕੱਢਿਆ। ਕੋਈ ਗੱਲ ਰਹਿ ਗਈ ਹੋਵੇ ਆਪਣੇ ਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਦੇਖੋ ਜੀ, ਬਾਕੀ ਇਹ ਆ ਵੀ ਫੈਡਰਲ ਲੈਵਲ ਤੇ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ, ਪਰ ਲੋਕਲ ਲੈਵਲ ਤੇ ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਹਾਂ ਉੱਥੇ ਮੈਂ ਹਮੇਸ਼ਾ ਆਪਣੇ ਆਪ ਨੂੰ ਇਹ ਰੱਖਿਆ ਕਿ
ਵੀ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਹੈਗਾ ਉਹ ਐਕਸੈਸੀਬਿਲਿਟੀ ਉਹਦੀ ਬਹੁਤ ਜ਼ਰੂਰੀ ਹੈਗੀ ਆ। ਮੈਂ ਇਸ ਗੱਲ 'ਤੇ ਜਿਹੜਾ ਹੈਗਾ ਉਹ ਮਾਣ ਮਹਿਸੂਸ ਕਰਦਾ ਕਿ ਮੈਂ ਹਰ ਇੱਕ ਇਨਸਾਨ ਦੀ ਜਿਹੜਾ ਚਾਹੇ ਉਹ ਕੰਜ਼ਰਵੇਟਿਵ ਨੂੰ ਵੋਟ ਪਾਉਂਦਾ ਹੋਵੇ, ਚਾਹੇ ਉਹ ਲਿਬਰਲ ਪਾਰਟੀ ਨੂੰ ਸਪੋਰਟ ਕਰਦਾ ਹੋਵੇ, ਚਾਹੇ ਉਹ NDP ਨੂੰ, ਚਾਹੇ ਗ੍ਰੀਨ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਨਾ ਕਰਦਾ ਹੋਵੇ, ਹਰ ਇੱਕ ਇਨਸਾਨ ਜਿਹੜਾ ਚੱਲ ਕੇ ਆਇਆ 24/7 ਜਿਹੜੀ ਆ ਮੈਂ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਿਹਾ। ਲੋਕਲ ਜਿਹੜੇ ਲੋਕਾਂ ਦੀ ਵੋਇਸ ਜਿਹੜੀ ਆ ਸਟਰੋਂਗਲੀ ਕਾਂਗਰਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪਿੱਛੇ ਰੱਖੀ ਆ, ਤੇ ਇਹੀ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰੀ ਨਿਊਟਨ ਦੇ ਲੋਕ ਮੈਨੂੰ ਆਪਦਾ ਚੁਣਿਆ ਹੋਇਆ ਨੁਮਾਇੰਦਾ ਭੇਜਣਗੇ ਔਰ ਲਿਬਰਲ ਪਾਰਟੀ ਨੂੰ ਜਿਹੜਾ ਹੈਗਾ ਉਹ ਜਿਹੜਾ ਚੁਣ ਕੇ ਇੱਕ ਪ੍ਰੋਗਰੈਸਿਵ ਬੈਲੈਂਸਡ ਜਿਹੜਾ ਨੀਤੀਆਂ ਵਾਲੀ ਸਰਕਾਰ ਆ ਉਹ ਜਿਹੜੀ ਆ ਉਹ ਚੁਣਨਗੇ। ਬਿਲਕੁਲ, ਬਹੁਤ ਸ਼ੁਕਰੀਆ, ਫਿਰ ਮੁਲਾਕਾਤ ਹੋਵੇਗੀ, ਧੰਨਵਾਦ, ਮਿਹਰਬਾਨੀ ਗੁਰਪ੍ਰੀਤ ਜੀ।